बाद आंदे आ गंगा यमुना। ये सानू पिया वा 280 रुपए का स्पेशल चीज है, कलरफुल थंडर। हाँ जी, तो मित्रों कि हो कल सारे जने घैंट होंगे, तो मैं भी घैंट हाँ। अज के ब्लॉग आप दशहरे लिए जो पटाके बाए किए दिखाने थोनू, तो तीन कुछ पहले वाली क्लिप्स देखो, तद तक तैयारी करते हैं असं अपने सैटअप की। ਹੁਣੀ ਤੁਸੀਂ ਕੱਲ੍ਹ ਦੀਆਂ ਕਲਿਪਸ ਦੇਖੀਆਂ, ਅਤੇ ਕਰਦੇ ਹਾਂ ਅੱਜ ਦਾ ਵਲੋਗ ਸਟਾਰਟ। ਹੁਣ ਤੁਹਾਨੂੰ ਪਟਾਕੇ ਦਿਖਾਉਂਦੇ ਹਾਂ ਅਤੇ ਉਹਨਾਂ ਦੇ ਰੇਟ ਦੱਸਦੇ ਹਾਂ ਕਿੰਨੇ ਦੇ ਆਏ ਆ ਪਟਾਕੇ, ਅਤੇ ਇੱਕ ਇੱਕ ਚੀਜ਼ ਦਾ ਆਪਾਂ ਰੇਟ ਦੱਸਾਂਗੇ, ਇੱਕ ਇੱਕ ਡੱਬੇ ਦਾ ਰੇਟ ਦੱਸਾਂਗੇ। ਅਤੇ ਇੱਧਰ ਆਪਣੇ ਪਏ ਆ ਪਟਾਕੇ, बस माड़ी झलक देखो, तो बाकी सैटअप करके दिखाने तुम सारे। हाँ जी, तो मित्रों हम थोनों दिखाने एक एक पटाके काट के बोरी तो। सब तो पहले आने दो मुर्गी बांब है, हम आगे अपने आजाद क्लासिक हजे तो ही देखी। चलो इन्ह का आप बाद दसते हैं रेट। उस बाद अपने आ गए गंगा यमुना अनार अंब। कहते धमाका बहुत तेज आ, तो आप ब्लॉग तो बाद देखते हैं किन्ना क तेज है धमाका। एरिया आ गया अपन सत्त डब्बिया, चार 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 गुप्त खजाने जो अपने को है सत्त डब्बिया। ਉਸੋ ਬਾਅਦ ਆਪਣੇ ਕੋਲੇ ਆਂਦਾ ਕੁੰਫੂ, ਉਹ ਕੀ ਆ ਆਵਾ ਚੈਟਰ ਬਟਰ ਦੇ ਦੋ ਡੱਬੇ। ਇਹਨਾਂ ਦਾ ਤੁਹਾਨੂੰ ਇੱਕ ਦੁਸ਼ਹਿਰੇ ਵਾਲੇ ਦਿਨ ਕੁਛ ਦਿਖਾਵਾਂਗੇ, ਇਹਨਾਂ ਦੇ ਸਪੈਸ਼ਲ ਹੋਊਗਾ। ਐਂਡ ਤੇ ਆਉਂਦੇ ਆ ਆਪਣੇ ਸਕਾਈ ਸ਼ਾਟ 12 ਸ਼ਾਟ। ये न्यू पैकिंग आई है, बाकी यदि डिस्प्ले चेक करियो तो ये उधर नहीं दशहरे वाले दिन है। बस इतना ही। आई लव यू मिस्टर। आ कुछ इतने का पटा किया, एक और चीज आ ओ यार रख की यार। आसी मित्रों इतने का अपने पटा के बस इतने की बैल नोटिफिकेशन कर दियो ऑन।
ਪਾਂਜੀ ਦੇ ਮਿੱਤਰੋ ਇੰਨੇ ਕੀ ਪਟਾਕੇ ਲੱਗੂਗਾ ਆਪਣੇ 5000 ਦੇ ਆਏ ਆ ਤੇ ਹੁਣ ਆਪਾਂ ਕੱਲੇ ਕੱਲੇ ਪਟਾਕੇ ਦਾ ਤੁਹਾਨੂੰ ਰੇਟ ਦੱਸਦੇ ਆ ਕੱਲੇ ਕੱਲੇ ਡੱਬੇ ਦਾ ਰੇਟ ਦੱਸਦੇ ਆ ਕਿੰਨੇ ਦਾ ਸਾਨੂੰ ਇੱਕ ਪਿਆ ਤੇ ਬਾਕੀ ਤੁਸੀਂ ਵੀਡੀਓ ਨੂੰ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹਾਂਜੀ ਤੇ ਮਿੱਤਰੋ ਇਹ ਆਇਆ ਆਪਣਾ ਪੂਰਾ ਬੰਡਲ 800 ਰੁਪਏ ਦਾ ਇੱਕ ਸਾਨੂੰ ਪਿਆ ਉਹ 16 ਰੁਪਏ ਦਾ ਤੇ ਉਸ ਤੋਂ ਬਾਅਦ ਆਉਂਦੇ ਆਪਾਂ ਇਹ ਤੋਂ ਸਾਨੂੰ ਪਿਆ ਵਾ 60 ਰੁਪਏ ਦਾ ਇੱਕ ਡੱਬਾ ਉਹ ਲੈ ਗਏ ਆਪਾਂ ਤੇ ਇਹ ਸਾਨੂੰ ਪਈ ਆ 50 ਰੁਪਏ ਦਾ ਤੇ 7 ਲਈਆਂ ਨੇ ਆਪਾਂ ਤੇ ਉਹ ਲਾ ਦੇ ਆਪਾਂ ਸੈਟ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਗਲਾਸ ਲਾ ਸਕਦੇ ਹਾਂ ਇਹ ਆਪਾਂ ਨੂੰ ਪਿਆ ਵਾ 180 ਰੁਪਏ ਦਾ ਇਹਦੇ ਆਪਾਂ ਲੈ ਆ ਚਾਰ ਦਿੰਦੇ ਇੱਕ ਮਿੰਟ ਰੁਕ ਖੜ ਜਾ ਉਸ ਤੋਂ ਬਾਅਦ ਆਉਂਦੇ ਆ ਗੰਗਾ ਯਮਨਾ ਇਹ ਸਾਨੂੰ ਪਿਆ ਵਾ 80 ਰੁਪਏ ਦਾ ਇੱਕ ਪੀਸ ਤੇ ਇਹ ਆਪਾਂ ਲਈ ਆ ਦੋ ਇਹਨਾਂ ਦਾ ਵੀ ਕੋਈ ਸਕੀਮ ਕਰਾਂਗੇ ਦੁਸ਼ਹਿਰੇ ਵਾਲੇ ਦਿਨ ਇਹਨਾਂ ਨੂੰ ਰੱਖਦੇ ਆ ਸਾਈਡ ਤੇ ਤੇ ਉਹ ਤੋਂ ਬਾਅਦ ਆਉਂਦੇ ਆ ਆਪਣੇ ਕੁੰਫੂ ਚਟਰ ਬਟਰ ਆਏ ਵੀ ਸ਼ਾਇਦ ਹਾਂਜੀ ਚਟਰ ਬਟਰ ਹੀ ਆਏ ਵੀ ਇੱਦਾਂ ਦੇ ਹੁੰਦੇ ਆ ਡੱਬੇ ਦੇ ਵਿੱਚ ਇਹ ਆਪਾਂ ਪਿਛਲੇ ਬਲੌਗ 'ਚ ਟੈਸਟਿੰਗ ਕੀਤਾ ਹੋਇਆ ਵਾ ਆਸੋ ਬਲੌਗ 'ਚ ਟੈਸਟਿੰਗ ਕੀਤਾ ਹੋਇਆ ਆਪਾਂ ਇਹ ਸਿੰਗਲ ਪੀਸ 10 ਰੁਪਏ ਦਾ ਅਤੇ ਇਹਦੀ ਪੈਕਿੰਗ ਇਹਦੇ ਵਿੱਚ 30 ਦੀ ਹੁੰਦੀ ਆ ਇਹ ਸਾਨੂੰ 300 ਰੁਪਏ ਦਾ ਪਿਆ ਵਾ ਪੂਰਾ ਡੱਬਾ ਬਣਾ ਕੇ ਆਪਾਂ ਸਾਈਡ 'ਤੇ ਉਹ ਤੋਂ ਬਾਅਦ ਆਉਂਦੀ ਆ 12 ਸ਼ੋਟ ਇਹ ਸਾਨੂੰ ਪਿਆ ਵਾ 280 ਰੁਪਏ ਦਾ ਵੈਲੋ ਸ਼ੋਟ ਆ ਇਹਨੂੰ ਰੱਖਦੇ ਆਪਾਂ ਸਾਈਡ 'ਤੇ ਉਹ ਤੋਂ ਬਾਅਦ ਆਉਂਦੇ ਆ ਕਲਰ ਟਿੰਡਸ ਕੈਟ ਆਏ ਅਤੇ ਇੱਕ ਮਿੰਟ ਤੁਹਾਨੂੰ ਖੋਲ੍ਹ ਕੇ ਦਿਖਾ ਦਈਏ ਇੱਕ ਪੀਸ ਅਤੇ ਬਾਅਦ ਤੁਹਾਨੂੰ ਇਹਦਾ ਰੇਟ ਦੱਸਦੇ ਹਾਂ ਤੇ ਆ ਮਿੱਤਰੋ ਆਪਾਂ ਨੂੰ ਪਏ ਆ 600 ਦੇ ਤੇ ਬਾਕੀ ਤੁਸੀਂ ਦੱਸਿਓ ਤੁਹਾਡੇ ਜੇ ਏਰੀਏ ਵਿੱਚ ਕਿੰਨੇ ਦੇ ਪੈਂਦੇ ਆ ਸਾਨੂੰ ਕਮੈਂਟ 'ਚ ਦੱਸਿਓ ਜ਼ਰੂਰ ਦਿਖਾਵੇ ਹੁਣੇ ਤੁਸੀਂ ਦੇਖਿਆ ਆਪਣੇ ਇੰਨੇ ਕੁ ਪਟਾਕੇ ਲਗਭਗ 5000 ਦੇ ਆਏ ਆ ਅਤੇ ਵਲੌਗ ਵਧੀਆ ਲੱਗਿਆ ਹੋਵੇ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਅਦ ਦਾ ਵਲੌਗ ਕਰਦੇ ਆਪਾਂ ਇੱਥੇ ਐਂਡ ਟਿਲ ਦੈਨ ਬਾਏ ਬਾਏ ਟੇਕ ਕੇਅਰ ਰੱਬ ਰਾਖਾ